देश दुनिया की हर वड्डी खबर के लिए हमें डाउनलोड करो नंबर 1 न्यूज़ ऐप दैनिक सवेरा टाइम्स। ਪੰਜਾਬ ਸਰਕਾਰ ਵੱਲੋਂ ਕੋਵਿਡ 19 ਨੂੰ ਦੇਖਦੇ ਹੋਏ 21 ਮਾਰਚ ਨੂੰ ਸਕੂਲ ਕਾਲਜ ਸਾਰਾ ਕੁਝ ਬੰਦ ਕਰ ਦਿੱਤਾ ਗਿਆ ਸੀ, ਲੋਕਡਾਊਨ ਲਗਾ ਦਿੱਤਾ ਗਿਆ ਸੀ ਅਤੇ ਹੁਣ ਤਕਰੀਬਨ 10 ਮਹੀਨੇ ਬਾਅਦ 21 ਜਨਵਰੀ ਨੂੰ ਸਕੂਲ ਕਾਲਜਿਸ ਨੋਨ ਏਡਿਡ ਏਡਿਡ ਜੋ ਹੈ ਉਹ ਸਰਕਾਰੀ ਹੈਗਾ ਗੈਰ ਸਰਕਾਰੀ ਹੈਗਾ ਸਭ ਤਰ੍ਹਾਂ ਦੇ ਯੂਨੀਵਰਸਿਟੀਜ਼ ਅਤੇ ਕਾਲਜ ਨੇ ਜਿਹੜੇ ਉਹ ਖੋਲ੍ਹ ਦਿੱਤੇ ਗਏ ਨੇ। ਅੱਜ 21 ਜਨਵਰੀ ਹੈਗੀ ਹੈ, ਇਸ ਵਕਤ ਅਸੀਂ ਖੜ੍ਹੇ ਹਾਂ 6 ਫੇਸ ਮੋਹਾਲੀ ਦੇ ਵਿੱਚ ਅਤੇ ਸਰਕਾਰੀ ਕਾਲਜ ਦੇ ਵਿੱਚ ਅਸੀਂ ਖੜ੍ਹੇ ਹਾਂ। ਅਸੀਂ ਦੇਖ ਰਹੇ ਹਾਂ ਕਿ ਬੱਚਿਆਂ ਦੀ ਆਮਦ ਬਹੁਤ ਜ਼ਿਆਦਾ ਘੱਟ ਹੈਗੀ ਹੈ, ਕਲਾਸਿਸ ਤਾਂ ਵੈਸੇ ਪਹਿਲਾਂ ਹੀ ਚੱਲ ਰਹੀਆਂ ਨੇ ਅਤੇ ਇਸ ਵਿਸ਼ੇ 'ਤੇ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਹੈਗੇ ਨੇ ਪ੍ਰੋਫੈਸਰ ਆਰਸੀ ਕਾਂਗੋ ਜੋ ਕਿ ਇੱਥੇ ਐਡਮਿਨਿਸਟ੍ਰੇਸ਼ਨ ਪੜ੍ਹਾਉਂਦੇ ਨੇ। ਆਪਣੇ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਵਕਤ ਮਾਹੌਲ ਕਿਹੋ ਜਿਹਾ ਹੈਗਾ ਅਤੇ ਬੱਚਿਆਂ ਦਾ ਜੋ ਆਮਦ ਹੈਗੀ ਆ ਉਹ ਕਿਸ ਤਰ੍ਹਾਂ ਹੈਗੀ ਹੈ। ਸਰ ਕਿਸ ਤਰ੍ਹਾਂ ਚੱਲ ਰਿਹਾ ਕਾਲਜ? ਕਾਲਜ ਬਹੁਤ ਵਧੀਆ ਚੱਲ ਰਿਹਾ ਜੀ, ਬੱਚੇ ਆ ਰਹੇ ਲੇਕਿਨ ਜਿੰਨੇ ਆਉਣੇ ਚਾਹੀਦੇ ਉਨੇ ਨਹੀਂ ਆ ਰਹੇ, ਹੋ ਸਕਦਾ ਪੇਰੈਂਟਸ ਨੂੰ ਕੋਈ ਖਦਸ਼ਾ ਹੋਏ ਅਤੇ ਉਸ ਕਰਕੇ, ਪਰ ਕਲਾਸਿਸ ਲੱਗ ਰਹੀਆਂ ਅਤੇ ਬੱਚੇ ਵੀ ਆ ਰਹੇ ਹੈ। ਕੋਵਿਡ 19 ਨੂੰ ਦੇਖਦੇ ਹੋਏ ਜੋ ਇੰਸਟਰਕਸ਼ਨਸ ਆਈਆਂ ਹੈਗੀਆਂ ਸਰਕਾਰ ਵੱਲੋਂ ਉਹ ਸਾਰੀਆਂ ਉਹਦੇ ਮੁਤਾਬਿਕ ਹੀ ਚੱਲ ਰਿਹਾ ਕਾਲਜ? ਬਿਲਕੁਲ, ਅਸੀਂ ਪੂਰੀਆਂ ਇੰਸਟਰਕਸ਼ਨ, ਗਵਰਨਮੈਂਟ ਦੀਆਂ ਇੰਸਟਰਕਸ਼ਨ ਨੂੰ ਫੋਲੋ ਕਰਦੇ ਹਾਂ। ਸੈਨੀਟਾਈਜੇਸ਼ਨ ਅਤੇ ਮਾਸਕ ਕੰਪਲਸਰੀ ਕੀਤਾ ਹੋਇਆ ਟੀਚਰ ਵਾਸਤੇ ਵੀ, ਬੱਚਿਆਂ ਵਾਸਤੇ ਵੀ, ਅਤੇ ਸੋਸ਼ਲ ਡਿਸਟੈਂਸਿੰਗ ਨੂੰ ਪ੍ਰੋਪਰ ਤਰੀਕੇ ਨਾਲ ਮੇਨਟੇਨ ਕੀਤਾ ਜਾ ਰਿਹਾ। ਪ੍ਰੋਫੈਸਰ ਸਾਹਿਬ, 10 ਮਹੀਨੇ ਦਾ ਕਾਫੀ ਜ਼ਿਆਦਾ ਵਕਫਾ ਹੁੰਦਾ ਹੈਗਾ ਕਿਉਂਕਿ ਬੱਚਿਆਂ ਦੇ ਸਟੂਡੈਂਟਸ ਨੂੰ ਤਾਂ ਸਭ ਤੋਂ ਪਹਿਲਾਂ ਇੱਦਾਂ ਹੀ ਹੁੰਦਾ ਨਾ ਕਿ ਛੁੱਟੀ ਮਿਲੇ ਜਿੰਨੀ ਚਾਹੀਦੀ ਅਸੀਂ ਜਾਈਏ ਕਲਾਸਾਂ ਤੋਂ ਬਾਹਰ, ਅਤੇ ਹੁਣ ਜਦੋਂ 10 ਮਹੀਨੇ ਬਾਅਦ ਲੱਗੀਆਂ ਹੈਗੀਆਂ ਕਿਵੇਂ ਲੱਗ ਰਿਹਾ ਬੱਚਿਆਂ ਦਾ ਇੰਟਰਸਟ ਲੱਗ ਰਿਹਾ ਪੜ੍ਹਾਈ ਦੇ ਵਿੱਚ? ਬੱਚਿਆਂ ਦਾ ਇੰਟਰਸਟ ਹੌਲੀ ਬਣੂਗਾ ਕਿਉਂਕਿ 10 ਮਹੀਨੇ ਵਕਫਾ ਤੋਂ ਤੁਸੀਂ ਕਿਹਾ ਹੈ ਕਿ ਬਹੁਤ ਵੱਡਾ ਹੁੰਦਾ ਹੈ, ਪਰ ਅਸੀਂ ਵੀ ਲੋਬਰ ਕੰਮ ਜਲਦੀ ਹੀ ਅਸੀਂ ਨੂੰ ਉਹ ਕਰ ਲਾਂਗੇ। ਅਤੇ ਜਿਹੜੇ ਐਗਜ਼ਾਮੀਨੇਸ਼ਨ ਹੈਗੇ ਨੇ ਜੀ ਉਹ ਕਿਸ ਤਰ੍ਹਾਂ ਕੰਡਕਟ ਕੀਤੇ ਜਾ ਰਹੇ ਨੇ ਅੱਗੇ? ਐਗਜ਼ਾਮੀਨੇਸ਼ਨ ਹਜੇ ਤੱਕ ਤਾਂ ਜਿਹੜੇ ਆਫਲਾਈਨ ਹੋ ਰਹੇ ਔਨਲਾਈਨ ਹੋ ਰਹੇ ਹੈ, ਪਰ ਜੋ ਵੀ ਗਵਰਨਮੈਂਟ ਦੀ ਇੰਸਟਰਕਸ਼ਨ ਹੋਣਗੀਆਂ ਉਹਨਾਂ ਨੂੰ ਅਸੀਂ ਪ੍ਰੋਪਰ ਪੂਰੇ ਤਰੀਕੇ ਨਾਲ ਫੋਲੋ ਕਰਾਂਗੇ। ਇੱਕ ਕਲਾਸ 'ਚ ਕਿੰਨੇ ਕੁ ਬੱਚੇ ਬਿਠਾਏ ਜਾ ਰਹੇ ਨੇ, ਕਿੰਨੇ ਡਿਸਟੈਂਸ ਨਾਲ ਬਿਠਾਏ ਜਾ ਰਹੇ ਨੇ? ਕਲਾਸ ਜੋ ਸਾਡੀ ਕਪੈਸਿਟੀ ਹੈ ਕਿਸੇ ਦੀ 100 ਦੀ ਹੈ ਜਾਂ 70-80 ਦੀ ਹੈ, ਅਤੇ ਉੱਤੇ ਤਕਰੀਬਨ 1/3 ਜਿਹੜੀ ਆ ਹਜੇ ਆਮਦ ਹੈ ਸਾਡੇ ਕੋਲ, ਇੰਨੇ ਕੁ ਬੱਚੇ ਆ ਰਹੇ ਅਤੇ ਉਹਨਾਂ ਨੂੰ ਅਸੀਂ ਸੋਸ਼ਲ ਡਿਸਟੈਂਸਿੰਗ ਨਾਲ ਪੜ੍ਹਾ ਰਹੇ ਹਾਂ। ਪਰ ਸਾਹਿਬ, ਇੱਕ ਮੇਰਾ ਕੁਸ਼ਚਨ ਹੋਰ ਹੈਗਾ ਕਿ 10 ਮਹੀਨੇ ਬੰਦ ਰਹਿਣ ਤੋਂ ਬਾਅਦ ਜਿਹੜੇ ਸਿਲੇਬਸ ਹੈਗੇ ਨੇ ਕੀ ਉਹ ਕਵਰ ਅਪ ਕਰ ਸਕਦੇ ਹੋ ਤੁਸੀਂ? ਕਿਉਂ ਨਹੀਂ ਕਰ ਸਕਦੇ, ਸਿਲੇਬਸ ਸਾਡੇ ਸਮੈਸਟਰ ਸਿਸਟਮ ਹੈ, ਪਹਿਲੇ ਵਾਲੇ ਐਗਜ਼ਾਮ ਹੋ ਗਏ, ਨਵੇਂ ਹੁਣ ਅਸੀਂ ਸ਼ੁਰੂ ਕਰਨੀਆਂ ਕਲਾਸਾਂ, ਮਤਲਬ 21 ਤੋਂ ਸ਼ੁਰੂ ਹੋਈਆਂ ਕਲਾਸਿਸ ਸਾਡੀਆਂ, ਅਤੇ ਅਸੀਂ ਬਿਲਕੁਲ ਕਰਾਂਗੇ। ਸਿਲੇਬਸ ਤਾਂ ਸਾਡੀ ਜ਼ਿੰਮੇਵਾਰੀ ਹੈ ਅਤੇ ਅਸੀਂ ਕਰਾਂਗੇ ਵੀ। ਕੋਵਿਡ ਨੂੰ ਦੇਖਦੇ ਹੋਏ ਕੋਈ ਰਿਡਕਸ਼ਨ ਹੋਈ ਸੀ ਸਿਲੇਬਸ ਦੇ ਵਿੱਚ, ਘਟਾਇਆ ਗਿਆ ਸੀ ਕੁਛ? ਯੂਨੀਵਰਸਿਟੀ ਨੇ ਜਿਹੜਾ ਹੈ ਕੁਸ਼ਚਨ, ਨੰਬਰ ਆਫ ਕੁਸ਼ਚਨਸ ਘੱਟ ਕਰ ਦਿੱਤੇ ਗਏ ਸੀ ਬੱਚਿਆਂ ਨੂੰ, ਜਿੱਦਾਂ ਅਗਰ ਉਹਨਾਂ ਨੇ ਮਤਲਬ 8 ਕੁਸ਼ਚਨ ਪਾਏ ਅਤੇ 4 ਕਰਨੇ, ਜੇ 6 ਪਾਏ ਅਤੇ 3 ਕਰਨੇ, ਮਤਲਬ ਉਹਦੀ ਰਿਡਕਸ਼ਨ ਕੀਤੀ ਹੈ। ਯੂਨੀਵਰਸਿਟੀ ਵੱਲੋਂ ਜੋ ਵੀ ਇੰਸਟਰਕਸ਼ਨਸ ਹੁੰਦੀਆਂ ਅਸੀਂ ਉਹਨਾਂ ਨੂੰ ਵੀ ਅਤੇ ਪੰਜਾਬ ਗਵਰਨਮੈਂਟ ਨੇ ਪੂਰੀ ਫੋਲੋ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਕਾਂਗੋ ਸਾਹਿਬ। ਸੋ ਇਹ ਸਨ ਪ੍ਰੋਫੈਸਰ ਆਰਸੀ ਕਾਂਗੋ ਜਿਹਨਾਂ ਨੇ ਦੱਸਿਆ ਕਿ ਕਲਾਸਿਸ ਤਾਂ ਪਹਿਲਾਂ ਹੀ ਉਹਨਾਂ ਵੱਲੋਂ ਚੱਲਦੀਆਂ ਜਾ ਰਹੀਆਂ ਨੇ ਅਤੇ ਜੋ ਕਲਾਸਾਂ ਦੇ ਵਿੱਚ ਇੰਸਟਰਕਸ਼ਨ ਦਿੱਤੀਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਮੁਤਾਬਿਕ ਹੀ ਬੱਚੇ ਬਿਠਾਏ ਜਾ ਰਹੇ ਨੇ, ਉਹਨਾਂ ਦੇ ਮੁਤਾਬਿਕ ਹੀ ਪੜ੍ਹਾਈ ਹੋ ਰਹੀ ਹੈ, ਜੋ ਸਿਲੇਬਸ ਯੂਨੀਵਰਸਿਟੀਆਂ ਵੱਲੋਂ ਰਿਡਕਸ਼ਨ ਕੀਤਾ ਗਿਆ, ਸਮੈਸਟਰ ਸਿਸਟਮ ਹੈਗਾ ਅਤੇ ਉਹਦੇ ਹਿਸਾਬ ਨਾਲ ਹੀ ਜੋ ਐਗਜ਼ਾਮੀਨੇਸ਼ਨ ਹੈਗੇ ਨੇ ਕੰਡਕਟ ਕੀਤੇ ਜਾਣਗੇ ਕਿਉਂਕਿ 10 ਮਹੀਨੇ ਦਾ ਇੱਕ ਜੋ ਅੰਤਰਾਲ ਹੁੰਦਾ ਹੈ ਕਾਲਜ ਦੀ ਲਾਈਫ ਦਾ ਉਹ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ। ਤਕਰੀਬਨ 1 ਸਾਲ ਬੀਤ ਜਾਂਦਾ ਉਹਦੇ ਵਿੱਚ, ਤਾਂ ਜਿਹੜੇ ਸਟੂਡੈਂਟਸ ਚੰਗੀ ਤਰ੍ਹਾਂ ਨਹੀਂ ਪੜ੍ਹ ਪਾਏ ਜਾਂ ਜਿਨ੍ਹਾਂ ਦੇ ਜੋ ਸਮੈਸਟਰ ਇਹਦੇ ਵਿੱਚ ਕੋਵਿਡ 19 ਦੀ ਭੇਟ ਚੜ ਗਏ ਨੇ, ਉਹ ਸਾਰੇ ਐਗਜ਼ਾਮੀਨੇਸ਼ਨ ਵੀ ਕੰਡਕਟ ਕੀਤੇ ਜਾਣਗੇ। ਜਿਸ ਤਰ੍ਹਾਂ ਪੰਜਾਬ ਸਰਕਾਰ ਦੀਆਂ ਗਾਈਡਲਾਈਨਸ ਹੋਣਗੀਆਂ ਉਸੇ ਤਰ੍ਹਾਂ ਹੀ ਕਾਲਜ ਚਲਾਇਆ ਜਾਏਗਾ। ਪਰ ਅਸੀਂ ਦੇਖ ਰਹੇ ਹਾਂ ਕਿ ਅੱਜ ਕਾਲਜ ਦੇ ਵਿੱਚ ਆਮਦਨ ਬਹੁਤ ਘੱਟ ਹੈ। ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਚਾਰੋਂ ਤਰਫ ਕੈਮਰਾ ਘੁਮਾ ਕੇ ਤੁਹਾਨੂੰ ਦਿਖਾਵੇ ਕਿ ਸਟੂਡੈਂਟਸ ਦੀਆਂ ਜਿਹੜੀਆਂ ਕਲਾਸਿਸ ਹੈਗੀਆਂ ਉਹ ਬੰਦ ਪਈਆਂ ਹੈਗੀਆਂ ਨੇ ਇਸ ਵਕਤ। ਸਟੂਡੈਂਟਸ ਨੀਚੇ ਜ਼ਰੂਰ ਖੜ੍ਹੇ ਨੇ ਪਰੰਤੂ ਸ਼ਾਇਦ ਕਲਾਸਾਂ ਦੇ ਵਿੱਚ ਨਹੀਂ ਆ ਰਹੇ, ਇਹ ਉਹਨਾਂ ਦੀ ਆਪਣੀ ਕੰਸੈਂਟ ਹੈਗੀ ਹੈ ਕਿ ਉਹਨਾਂ ਨੇ ਕਲਾਸਿਸ ਦੇ ਵਿੱਚ ਜਾਣਾ ਕਿ ਨਹੀਂ। ਤੁਸੀਂ ਦੇਖ ਸਕਦੇ ਹੋ ਕਿ ਕੁਝ ਕੁ ਸਟੂਡੈਂਟ ਹੀ ਨਜ਼ਰ ਆ ਰਹੇ ਨੇ ਅਤੇ ਉਹ ਵੀ ਬਾਹਰ ਬੈਠੇ ਨੇ ਅਤੇ ਕਲਾਸਾਂ ਦੇ ਵਿੱਚ ਅਸੀਂ ਗੇੜਾ ਮਾਰ ਕੇ ਆਏ ਹਾਂ, ਸਾਨੂੰ ਨਾ ਤਾਂ ਕੋਈ ਪ੍ਰੋਫੈਸਰ ਮਿਲਿਆ ਹੈਗਾ ਅਤੇ ਨਾ ਹੀ ਉੱਥੇ ਬੱਚੇ ਸੀਗੇ। ਲੱਗ ਰਿਹਾ ਕਿ ਜਿਸ ਤਰ੍ਹਾਂ ਕਾਲਜ ਪਹਿਲਾਂ ਚੱਲ ਰਹੇ ਸੀ ਉਹ ਵਾਲਾ ਮਾਹੌਲ ਫਿਰ ਤੋਂ ਤਿਆਰ ਹੋਣ ਨੂੰ ਅਜੇ ਟਾਈਮ ਲੱਗੇਗਾ। ਕੋਵਿਡ 19 ਕਰਕੇ ਮਾਪੇ ਵੀ ਘਬਰਾਉਂਦੇ ਨੇ ਆਪਣੇ ਬੱਚਿਆਂ ਨੂੰ ਕਾਲਜਾਂ ਦੇ ਵਿੱਚ ਭੇਜਣ ਵਾਸਤੇ ਅਤੇ ਬੱਚਿਆਂ ਦਾ ਵੀ ਸ਼ਾਇਦ ਪੜ੍ਹਾਈ ਦੇ ਵਿੱਚ ਉਨਾ ਇੰਟਰਸਟ ਨਹੀਂ ਲੱਗ ਰਿਹਾ ਕਿਉਂਕਿ ਉਹ ਕਲਾਸਾਂ ਦੀ ਬਜਾਏ ਬਾਹਰ ਬੈਠੇ ਹੈਗੇ ਨੇ। ਸੋ ਇੱਕ ਲੰਬਾ ਸਮਾਂ ਲੱਗੇਗਾ ਕਿ ਕਾਲਜਾਂ ਦੇ ਵਿੱਚ ਜਿਹੜੀਆਂ ਰੌਣਕਾਂ ਨੇ ਉਹ ਫਿਰ ਤੋਂ ਪਹਿਲਾਂ ਦੀਆਂ ਤਰ੍ਹਾਂ ਪਰਤ ਆਉਣਗੀਆਂ। ਕੈਮਰਾਮੈਨ ਦੀਪਕ ਦੇ ਨਾਲ ਸੁਸ਼ੀਲ ਗਰਚਾ, ਦੈਨਿਕ ਸਵੇਰਾ, ਮੋਹਾਲੀ।
All World Open Challenge 17-time gold medalist Mia Rafiq Mohammed, Pandit Maulvi, Begum, Tantrik, Inna Chora Thagga to Savdan, Specialist Vashikaran, Satta Number, Love Marriage, Pati Patni Ch Anban, Videsh Ch Pakka Hona, Karubar Da Na Chalana, Sirf 31 Kentia Vich Samadhan, Free, Mia Rafiq Mohammed, Mobile 84374 94647, 84374 94648.